ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੇ ਕੋਲ ਡਿਗਰੀ ਕਿਹੜੀ ਸੀ ਪੁੱਛੇਗਾ ਤੁਹਾਡਾ ਵਿਹਾਰ ਤੇ ਚਰਿੱਤਰ ਕਿਉ ਜਿਆ ਸੀ ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੇ ਕੋਲ ਕਾਰ ਕਿਹੜੀ ਸੀ ਪੁੱਛੇਗਾ ਕਿੰਨੇ ਗੁਆਚਿਆਂ ਤੇ ਪਟਕਿਆਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੀ ਕੋਠੀ ਕਿੰਨੇ ਕਨਾਲਾਂ ਵਿੱਚ ਸੀ ਪੁੱਛੇਗਾ ਕਿੰਨਿਆਂ ਦਾ ਤੁਸੀਂ ਖਿਹੜੇ ਮੱਥੇ ਸਵਾਗਤ ਕੀਤਾ ਰੱਬ ਇਹ ਨਹੀਂ ਪੁੱਛੇਗਾ ਕਿ ਬੈਂਕ 'ਚ ਪੈਸੇ ਕਿੰਨੇ ਜਮ੍ਹਾਂ ਸਨ ਜਾਂ ਤੁਹਾਡੀ ਆਮਦਨ ਕਿੰਨੀ ਸੀ ਪੁੱਛੇਗਾ ਕਮਾਈ ਕਿਵੇਂ ਸੀ ਰੱਬ ਇਹ ਨਹੀਂ ਪੁੱਛੇਗਾ ਕਿ ਤੁਹਾਡੀ ਜ਼ਿੰਦਗੀ ਦਾ ਉਦੇਸ਼ ਕੀ ਸੀ ਪੁੱਛੇਗਾ ਕੀ ਕੀ ਕਰਕੇ ਮੇਰੇ ਕੋਲ ਆਏ ਹੋ ਧੰਨਵਾਦ